ਉਸੇ ਤਿਲਕ ਨਗਰ ਦੇ ਵਿੱਚ ਇਸ ਟਾਈਮ ਆਜੋ ਲਿਆ ਵਾਸੀ ਇਧਰ ਆ ਜਾਓ ਜੇ ਮਹੱਲਾ ਦਿਖਾਓ ਜੇ ਤਿਲਕ ਨਗਰ ਹੈ ਜਹਾਂ 1947 ਸੇ ਪਹਿਲੇ ਸਭ ਮੁਸਲਿਮ ਆਬਾਦੀ ਸੀ ਤਿਲਕ ਨਗਰ ਮੇ ਮੁਸਲਿਮ ਲੋਕ ਰਹਿਤੇ ਥੇ ਜੇ ਦੇਖੇ ਗਲੀਆਂ ਛੋਟੀ ਛੋਟੀਆਂ ਜੋ ਜਹਾਂ ਵੀ ਮੁਸਲਿਮ ਲੋਕ ਰਹਿਤੇ ਥੇ 1947 ਸੇ ਪਹਿਲੇ ਔਰ ਦੇਖੀ ਜੇ ਸੈਦਾ ਚੌਂਕ ਹੈ ਜੇ ਵੀ ਤਿਲਕ ਨਗਰ ਮਹਿਮੂਦਪੁਰਾ ਤਿਲਕ ਨਗਰ ਚੌੜੀ ਸੜਕ ਸਾਰੀ ਮੁਸਲਮਾਨਾਂ ਦਾ ਏਰੀਆ ਸੀ ਸਾਰਾ ਮੁਸਲਮਾਨ ਏਰੀਆ ਸੀਗਾ ਤੇ ਜਿਹੜੇ ਸਾਡੇ ਪਾਕਿਸਤਾਨ ਤੋਂ ਲੋਕ ਆਏ ਸਨ ਉਹਨਾਂ ਨੂੰ ਸਾਰੇ ਅਲਾਟ ਹੋਏ ਸੀਗੇ ਤੇ ਉਹਨੇ ਜਗਦੀਸ਼ ਜੀ ਵੀ ਇਹਨਾਂ ਦੇ ਫਾਦਰ ਸਾਹਿਬ ਨੂੰ ਵੋਟ ਹੋਇਆ ਮੈਂ ਸੀ ਸੁਦਾਗਰ ਮਲ ਦਾ ਬੇਟਾ ਹਾਂ ਹਾਂਜੀ ਤਿਲਕ ਲੁਥਰੇ ਤੇ ਅਸੀਂ ਪਾਕਿਸਤਾਨ ਦੇ ਵਿੱਚ ਚੰਗ ਛੱਤੀਆਂ ਦੇ ਵਿੱਚ ਰਹਿਣ ਵਾਲੇ ਹੈਗੇ ਆਂ ਪਾਕਿਸਤਾਨ ਜ਼ਿਲ੍ਹਾ ਕਿਹੜਾ ਸੀ ਤੁਹਾਡਾ ਚੰਗ ਠੱਤੀਆਂ ਹਾਂ ਠੱਤੀਆਂ ਦੇ ਵਿੱਚ ਚੰਗ ਠੱਤੀਆਂ ਜੇ ਪਾਕਿਸਤਾਨ ਤੋਂ ਆਏ ਸਨ ਇਹਨਾਂ ਦੇ ਡੈਡੀ ਜਿਹੜੇ ਸੀਗੇ ਹਾਂਜੀ ਤੇ ਇੱਥੇ ਆ ਕੇ ਪੈਦਾ ਹੋਏ ਨੇ ਇੱਥੇ ਕੀ ਹੋਰ ਦੱਸਦੇ ਹੁੰਦੇ ਤੁਹਾਨੂੰ ਉਸ ਤੋਂ ਮਤਲਬ ਅਸੀਂ ਮਤਲਬ ਬਹੁਤ ਪਰਮਾਤਮਾ ਦੇ ਦਿਆ ਨਾਲ ਇੱਥੇ ਸੇਵਾ ਕਰਦੇ ਰਹੇ ਹਾਂ ਮੰਦਰਾਂ 'ਚ ਜਾਂਦੇ ਹਾਂ ਗੁਰਦੁਆਰੇ 'ਚ ਜਾਂਦੇ ਹਾਂ ਬਾਣੀਆਂ ਦਾ ਪਾਠ ਪੜ੍ਹਦੇ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਗ੍ਰੰਥ ਸਾਨੂੰ ਮੰਨਦੇ ਸੀ ਅਸੀਂ ਇਹ ਮੱਲੇ 'ਚ ਫਿਰ ਜਿਹੜੇ ਘਰ ਸੀ ਤੁਹਾਡੇ ਸਾਰੇ ਝੰਗਾਂ ਵਾਲੇ ਆਏ ਸੀ ਹਾਂਜੀ ਝੰਗੇ ਦੇ ਸਾਰੇ ਜਿੰਨੇ ਵੀ ਝੰਗ ਦੇ ਜਿਹੜੇ ਘਰ ਨੂੰ ਅਲਾਟਮੈਂਟ ਹੋਏ ਸੀਗੇ ਹਾਂਜੀ ਤੁਹਾਡੇ ਪਿੰਡ ਦਾ ਪੰਡਿਤ ਹੀ ਰਹਿੰਦਾ ਸੀਗਾ ਹਾਂਜੀ ਅੱਛਾ ਕੋਈ ਕਿੱਥੋਂ ਆਇਆ ਕੋਈ ਕਿੱਥੋਂ ਆਇਆ ਇਸ ਤਰ੍ਹਾਂ ਮਤਲਬ ਸਾਰੇ ਰਹਿੰਦੇ ਸੀ ਅੱਛਾ ਤੇ ਆਪਣੀ ਕਿਰਪਾ ਦੇ ਮਾਲਕ ਦੀ ਕਿਰਪਾ ਨਾਲ ਮਤਲਬ ਇੱਥੇ ਮਕਾਨ ਅਲਾਟ ਇਹ ਘਰ ਹੋਇਆ ਸੀਗਾ ਇਹ ਸਾਰੇ ਸਾਨੂੰ 500 ਰੁਪਏ 'ਚ ਗਾਜੀ 500 ਰੁਪਏ 'ਚ ਲਾਟ ਹੋਇਆ ਸੀ ਮਕਾਨ ਅੱਛਾ 500 ਰੁਪਏ 'ਚ ਲਾਟ ਹਾਂ ਉਸ ਟਾਈਮ ਹੁੰਦਾ ਸੀ ਮਨੋਰ ਕਪੂਰ ਹੁੰਦੇ ਸੀ ਉਹਨਾਂ ਨੇ ਆਪਣੇ ਜਿਵੇਂ ਆਪਣੇ ਇਹ ਜੀ ਡਾਂਗ ਵਾਲੇ ਆਪਣੇ ਧਰਮ ਸਿੰਘ ਧਰਮ ਚੰਦ ਜੀ ਡੰਗ ਇਹ ਹੁੰਦੇ ਸੀ ਇਹਨਾਂ ਨੇ ਸਾਨੂੰ ਲਾਟ ਕਰਾਈ ਸੀ ਜਗ੍ਹਾ ਠੀਕ ਆ ਤੇ ਉਹ 500 ਰੁਪਏ 'ਚ ਲੈ ਕੇ ਦਿੱਤੀ ਸੀ ਉਸ ਸਾਡੇ ਏਰੀਏ ਦੇ ਕੌਂਸਲਰ ਸਾਹਿਬ ਐਮ ਐਲ ਏ ਹੈਗੇ ਜਿਹੜੇ ਸ਼ਾਮ ਸੁੰਦਰ ਮਲਹੋਤਰਾ ਜੀ ਹੈਗੇ ਇਸ ਏਰੀਏ 'ਚ ਵਿੱਚ ਉਹ ਸਮਰਾਲੇ ਵੀ ਆਈ ਸੀ ਸਮਰਾਲੇ ਹੁਣ ਉਸ ਤੋਂ ਬਾਅਦ ਇੱਥੇ ਲੁਧਿਆਣੇ ਆ ਗਏ ਨੇ ਠੀਕ ਆ ਤੇ ਫਾਦਰ ਮੇਰੇ ਨੂੰ 65 ਸਾਲ ਹੋਏ ਗੁਜਰੇ ਨੂੰ ਠੀਕ ਆ ਪੁਰਾਣੀ ਗੱਲਾਂ ਹੋ ਗਈਆਂ ਤਾਂ ਸਾਰੀਆਂ ਮਾਤਾ ਜੀ ਤੁਹਾਡੇ ਪਹਿਲੇ ਗੁਜਰ ਗਏ ਸੀ ਹਾਂਜੀ ਉਹ ਸਾਲ ਪਹਿਲੇ ਗੁਜਰੇ ਸੀ ਅੱਛਾ ਤੇ ਤੁਹਾਡੇ ਮਾਇਆ ਦੇਵੀ ਉਹਨਾਂ ਨਾਲ ਸੀ ਤੇ ਤੁਹਾਡੇ ਭਾਈ ਸਾਹਿਬ ਜਿਹੜੇ ਹੈਗੇ ਦੂਜੇ ਉਹ ਸ਼੍ਰੀ ਸ਼ਰਮਨ ਕੁਮਾਰ ਜੀ ਸੀ ਅੱਛਾ ਉਹਨਾਂ ਦਾ ਐਕਸੀਡੈਂਟ ਨਾਲ ਮੌਤ ਹੋਈ 6 ਮੌਤਾਂ ਹੋਈਆਂ ਸੀ 6 ਜਾਨੀ ਗੱਡੀ ਦੇ ਵਿੱਚ ਕਾਰ ਚ ਹਾਂਜੀ ਤੇ ਉਹਨਾਂ ਦੇ ਬ੍ਰਦਰ ਦੀ ਡੈਥ ਹੋ ਗਈ ਸੀਗੀ ਹਾਂਜੀ ਬੜੇ ਹਾਂ ਬੜੇ ਸੀ ਜਿਹੜੇ ਉਹਨਾਂ ਤੋਂ ਸਭ ਤੋਂ ਹਾਂਜੀ ਵਿਚਕਾਲਿਆ ਨਾਲ ਕਸਤੂਰੀ ਲਾਲ ਜੀ ਹੈਗਾ ਇੱਕ ਜਿਹੜੇ ਹੈਗੇ ਉਹਨਾਂ ਦਾ ਹੋਜਰੀ ਦਾ ਕੰਮ ਲੁਧਿਆਣੇ ਦੇ ਵਿੱਚ ਦੇਖੋ ਅਸੀਂ ਕਹਿਣ ਦਾ ਮਤਲਬ ਇਹ ਹੈ ਕਿ ਮਾਧੋਪੁਰੀ ਦੇ ਵਿੱਚ ਮਾਧੋਪੁਰੀ ਚ ਯਾਨੀ ਕਹਿਣ ਦਾ ਮਤਲਬ ਤਿਲਕ ਨਗਰ ਦਾ ਏਰੀਆ ਜਿੱਥੇ ਅਸੀਂ ਇਸ ਟਾਈਮ ਖੜੇ ਹੈਗੇ ਆ ਇਹ ਸਾਰਾ ਮੁਸਲਿਮ ਏਰੀਆ ਸੀਗਾ 1947 ਤੋਂ ਪਹਿਲੇ ਉਹ ਜਿਹੜੇ ਲਾਇਲਪੁਰ ਤੋਂ ਜੰਗ ਤੋਂ ਹਾਂਜੀ ਲਾਇਲਪੁਰ ਤੋਂ ਹਾਂ ਲਾਇਲਪੁਰ ਦੇ ਵਿੱਚ ਰਹਿ ਕੇ ਗਏ ਉਹ ਵੀ ਅਸੀਂ ਮੱਲੇ ਜਾਂਗ ਜਿਵੇਂ ਮਤਲਬ ਹੁਣ ਮੱਲੇ 'ਚ ਸਾਰੀਆਂ ਰੈਸ਼ਾਂ ਚਲੀਆਂ ਗਈਆਂ ਸਭ ਹੋਜਰੀ ਏਰੀਆ ਬਣ ਗਿਆ ਤੇ ਹੋਜਰੀ ਦਾ ਏਰੀਆ ਸਾਰਾ ਘਰ ਘਰ ਇੱਥੇ ਹੋਜਰੀ ਹੈਗੀ ਆ ਆ ਮੇਰੀ ਬੇਟੀ ਹਾਂਜੀ ਹਾਂਜੀ ਚਲੋ ਅਸੀਂ ਇੱਥੇ ਚੱਲਦੇ ਅਸੀਂ ਹਾਂ ਤਾਂ ਉਹ ਦੇਖੋ ਚੱਲਦੇ ਅਸੀਂ ਇੱਥੇ ਆਏ ਸੀ ਤੁਹਾਡੇ ਨਾਲ ਗੱਲਾਂ ਕਰ ਲਈਆਂ ਤਾਂ ਦੇਖੋ ਅੱਜ ਜਿਹੜਾ ਹੋਜਰੀ ਦਾ ਏਰੀਆ ਹੈਗਾ ਵਾ ਤੇ ਇੱਥੇ ਚਲੋ ਕੋਈ ਗੱਲ ਨਹੀਂ ਸੇ ਗੱਲੇ ਕਰਨੀ ਹੁੰਦੀ ਆ ਵਾ ਤੁਸੀਂ ਦੰਡੀ ਸਵਾਮੀ ਜੀ ਦੇ ਭਗਤ ਹੈਗੇ ਹੋ ਤੇ ਦੰਡੀ ਸਵਾਮੀ ਦੇ ਜੀ ਬਹੁਤ ਜਿਹੜੇ ਆਪਣੇ ਪਾਕਿਸਤਾਨ ਤੋਂ ਲੋਕ ਆਏ ਸੀ ਬੜਾ ਮੰਨਦੇ ਹੋ ਹਾਂਜੀ ਹਾਂ ਦੁਰਗਾ ਮਾਤਾ ਮੰਦਰ ਵੀ ਮੰਦਰ ਜਗਰਾਨ ਕੋਲ ਮੰਦਰ ਮੈਂ ਪੰਜਾਬ ਮਹਾਵੀਰ ਦਲ ਦਾ ਵੀ ਮੈਂਬਰ ਵੀ ਰਹੇ ਹੈਗੇ ਸੇਵਾ ਵੀ ਕਰਦੇ ਮਹਾਵੀਰ ਦਲ ਜੀ ਜਿਹੜੇ ਜਵਾਨ ਹੁੰਦੇ ਸੀਗੇ ਤੇ ਚਲੋ ਠੀਕ ਹੈ ਧੰਨਵਾਦ ਜਗਦੀਸ਼ ਲੁਥਰਾ ਜੀ ਤੁਸੀਂ ਨਾਲ ਗੱਲਾਂ ਕੀਤੀਆਂ ਤਾਂ ਦੇਖੋ ਇਦਾਂ ਚੱਲਦਾ ਰਹਿੰਦਾ ਹੈਗਾ ਜ਼ਿੰਦਗੀ ਦੇ ਵਿੱਚ ਚਲੋ